are watching FNI News. ਜਿਵੇਂ ਤੁਸੀਂ ਇੱਥੇ ਆਇਓ ਤੇ ਮੈਂ ਪੂਰਨ ਪ੍ਰਤਾਪ ਪਾਇਆ ਸਰਬ ਧਨ ਧਾਮ ਫਲ ਫੂਲ ਸੋ ਫਲ ਪਾਤਸ਼ਾਹ ਆਖਦੇ ਨੇ ਕਿ ਜਿਸ ਜੀਵ ਨੇ ਵੀ ਤੇਰੇ ਨਾਮ ਨੂੰ ਧਿਆਇਆ ਜਿਸਨੇ ਵੀ ਤੇਰੇ ਨਾਮ ਨੂੰ ਜਪਿਆ ਆਪਣੇ ਹਿਰਦੇ ਵਿੱਚ ਵਸਾਇਆ ਉਸਨੂੰ ਮੇਰੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਆਪਣਾ ਪੂਰਨ ਸਰੂਪ ਬਖਸ਼ ਦਿੱਤਾ ਆਪਣੇ ਸਤਨਾਮ ਸ਼੍ਰੀ ਭਾਵ ਉਸ ਕਰਤਾ ਪੁਰਖ ਨੇ ਆਪਣੇ ਸਾਰੇ ਗੁਣ ਉਸ ਜੀਵ ਨੂੰ ਬਖਸ਼ ਦਿੱਤੇ ਜਿਸਨੇ ਉਸਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ। अशोक विहार फेज टू के गुरुद्वारा सिंह सभा में शनिवार शाम शुक्राना समागम आयोजित किया गया जिसमें भारी संख्या में संगतों ने भाई बलबीर सिंह चंडीगढ़ वाले के कीर्तन दरबार का आनंद उठाया। ਸ਼ੁਕਰਾਨਾ ਸਮਾਗਮ ਦਾ ਮਕਸਦ ਵੀ ਆਈ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਵੀ ਕਰਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰ ਦੇਈ, ਬਖਸ਼ਿਸ਼ ਕਰ ਦੇਈ, ਮਿਹਰ ਭਰਿਆ ਆਪਣਾ ਹੱਥ ਰੱਖੇ। ਇਹ ਜਿਹੜੇ ਮੇਰੇ ਨੌ ਆਪਣਾ ਅੱਠ ਵੀਰ ਖੜੇ ਨੇ, ਅਸੀਂ ਨੌ ਬੰਦੇ ਹਾਂ, ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖਦੇ। धन धन श्री हरगोविंद साहब जी दे इस शुक्राना समागम को इतने भव्य और सुव्यवस्थित ढंग से आयोजित करने का श्रेय जाता है सद्भावना सोशल वेलफेयर सोसाइटी के इन नौ रत्नों को जिनके सामाजिक कार्यों की चर्चा इन दिनों हर किसी की जुबां पर है। ये हैं राजकुमार नारंग, रविंदर सिंह खुराना, प्रमोद कोहली, इंदर अग्रवाल, हरप्रीत सिंह कोहली, मोहनदास भोजवानी, पुष्पेंद्र सिंह चावला, राजन नागपाल, हरिंदर पाल सिंह। शहीदों का सरताज क्यों कहा जाता है इसे भी समझाने की कोशिश की गई इस समागम में। हिंदुस्तान गुलामी की जंजीरें जकड़िया सीगा ते गुरु अर्जन देव पातशाह ने एक सुनेहा दिता से समाज नू कि अपने कौम नू अपने धर्म नू अगर अपने देश नू जिंदा रखना चाहते हो ते सब तो पहले मरण की जांच आनी चाहिए।
ਔਰ ਸੁਨੇਹਾ ਦਿੱਤਾ ਤੇ ਤੱਤੇ ਤਵਿਆਂ ਦੇ ਬੈਠ ਕੇ ਸ਼ਹਾਦਤ ਵੀ ਦਿੱਤੀ, ਸਿਰਫ ਇਸ ਗੱਲ ਨੂੰ ਕਰਨ ਵਾਸਤੇ ਕਿ ਕੌਮ ਤੇ ਧਰਮ ਜਿੰਦਾ ਤਾਦੀ ਰਹਿਣਗੇ ਜਦੋਂ ਮਰਨ ਦੀ ਜਾਚ ਹੈ। ਜਿਹਦਾ ਪ੍ਰਕਾਸ਼ ਪਰਵ ਹੈ ਉੱਥੇ ਸ਼੍ਰੋਮਣੀ ਪਦਕ ਕਬੀਰ ਜੀ ਦਾ ਵੀ ਜਨਮ ਦਿਹਾੜਾ ਹੈ। ਹਾੜ ਬਬੀ ਇੱਕ ਸੰਮਤ 1652 ਅੱਜ ਦੇ ਦਿਨ ਗੁਰੂ ਹਰਗੋਬਿੰਦ ਸਿੰਘ ਪ੍ਰਕਾਸ਼ ਹੋਇਆ ਸੀ ਬਟਾਲਿਆ, ਗੁਰੂ ਦੀ ਬਟਾਲੀ ਅੰਮ੍ਰਿਤਸਰ ਵਿਖੇ, ਉੱਥੇ ਹੀ ਕਬੀਰ ਜੀ ਦਾ ਜਨਮ ਨਾਰਾ ਸਿੰਘ ਧਰਤੀ 'ਤੇ ਹੋਇਆ ਸੀ। ਜਹਾਂ ਇੱਕ ਔਰ ਭਾਰੀ ਤਾਦਾਦ ਮੇਂ ਪਹੁੰਚੀ ਸੰਗਤ ਕਾ ਸ਼ੁਕਰਾਨਾ ਕੀਆ ਗਿਆ, ਵਹੀਂ ਅਸ਼ੋਕ ਵਿਹਾਰ ਕੇ ਵਿਭਿੰਨ ਗੁਰਦੁਆਰੋਂ ਕੀ ਪ੍ਰਬੰਧਕ ਸਮਿਤੀ ਕੇ ਸਦੱਸਿਓਂ ਕੇ ਸਾਥ ਸਾਥ ਖੇਤਰ ਕੇ ਗਣਮਾਨਯ ਵਿਅਕਤੀਓਂ ਕੋ ਵੀ ਸਨਮਾਨਿਤ ਕੀਆ ਗਿਆ। ਇਸ ਤਰ੍ਹਾਂ ਕੇ ਆਯੋਜਨ ਹਮੇਂ ਬਹੁਤ ਸੀ ਐਸੀ ਸੀਖ ਦੇਤੇ ਹੈ ਜਿਸੇ ਸ਼ਾਇਦ ਹੀ ਹਮ ਅਵਗਤ ਹੋਂ। ਕੁਛ ਐਸਾ ਹੀ ਬਤਾਨੇ ਕੀ ਕੋਸ਼ਿਸ਼ ਕੀ ਸਦਭਾਵਨਾ ਕੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਖੁਰਾਨਾ ਨੇ। ਸ਼ਹਾਦਤਾਂ ਦੀ ਦੇਣ ਜਿਹੜੀ ਹੈ ਉਹ ਉੱਥੋਂ ਦੀ ਸ਼ੁਰੂ ਹੋਈ, ਐਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਗਿਆ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਾਲ ਜੋੜ ਦਿੱਤਾ ਕਿ ਗੱਲ ਬੰਨੀ ਨਹੀਂ, ਤਲਵਾਰ ਚੁੱਕਣੀ ਪਏਗੀ, ਭਗਤੀ ਵੀ ਕਰਾਂਗੇ ਤੇ ਸ਼ਕਤੀ ਵੀ ਦਿਖਾਵਾਂਗੇ। ਇਸ ਸ਼ੁਕਰਾਨਾ ਸਮਾਗਮ ਕੇ ਸਮਾਪਨ ਕੇ ਦੌਰਾਨ ਨਜ਼ਾਰਾ ਕੁਛ ਐਸਾ ਥਾ ਜਹਾਂ ਸੰਗਤ ਕੀ ਭਾਰੀ ਭੀੜ ਇਸ ਹੱਦ ਤੱਕ ਥੀ ਕਿ ਕੀਰਤਨ ਦਰਬਾਰ ਮੇਂ ਅਬ ਪੈਰ ਰੱਖਨੇ ਤੱਕ ਕੋ ਜਗ੍ਹਾ ਨਹੀਂ ਥੀ। ਐਸੇ ਮੇਂ ਯੇ ਕਹਿਣਾ ਗਲਤ ਨਹੀਂ ਹੋਗਾ, ਸਦਭਾਵਨਾ ਸੋਸ਼ਲ ਵੈਲਫੇਅਰ ਕੀ ਟੀਮ ਆਪਣੇ ਹਰ ਕਾਰਜਕ੍ਰਮ ਮੇਂ ਚਾਰ ਚਾਂਦ ਲਗਾ ਦੇਤੀ ਹੈ। ਕੈਮਰਾਮੈਨ ਵਿਸ਼ਾਲ ਕੇ ਸਾਥ ਅਮਿਤ ਮਲਹੋਤਰਾ, FNI ਨਿਊਜ਼ ਬਿਊਰੋ।